ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈੱਲ ਆਈਕਨ ਨੂੰ ਪ੍ਰੈਸ। ਸ਼੍ਰੀ ਕਰਤਾਰਪੁਰ ਕੋਰੀਡੋਰ ਦੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਉੱਤੇ ਹੋਣ ਵਾਲੇ ਸਮਾਗਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਨਗਰ ਕੌਂਸਲ ਡੇਰਾ ਬਾਬਾ ਨਾਨਕ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਦੌਰਾਨ ਜਿੱਥੇ ਮੰਤਰੀ ਰੰਧਾਵਾ ਦੇ ਵੱਲੋਂ ਅਧਿਕਾਰੀਆਂ ਦੇ ਨਾਲ ਜਿੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਹੋ ਜਾ ਰਹੇ ਵਿਕਾਸ ਦੇ ਉੱਤੇ ਵਿਚਾਰ ਚਰਚਾ ਕੀਤੀ, ਉੱਥੇ ਹੀ ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਆਮ ਲੋਕ ਵੀ ਸਰਕਾਰ ਦਾ ਸਾਥ ਦੇਣ, ਤਾਂ ਹੀ ਜਾ ਕੇ ਇਲਾਕੇ ਦੇ ਵਿੱਚ ਵਿਕਾਸ ਨੂੰ ਅੱਗੇ ਲਿਜਾਇਆ ਜਾ ਸਕੇਗਾ। ਨਾਲ ਹੀ ਮੰਤਰੀ ਰੰਧਾਵਾ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਰੰਧਾਵਾ ਨੇ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਡੇਰਾ ਬਾਬਾ ਨਾਨਕ ਦੇ ਵਿੱਚ ਅਲੱਗ ਅਲੱਗ ਵਿਕਾਸ ਕੰਮ ਕਰਵਾਏ ਜਾ ਰਹੇ ਨੇ। ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਪੀਣ ਵਾਲੇ ਸਾਫ਼ ਪਾਣੀ, ਸੀਵਰੇਜ ਸਿਸਟਮ ਅਤੇ ਬਿਜਲੀ ਸਪਲਾਈ ਨੂੰ ਠੀਕ ਕਰਨ ਦੇ ਨਾਲ ਨਾਲ ਸੋਲਿਡ ਵੇਸਟ ਸੁਵਿਧਾ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਜਗ੍ਹਾ ਵੀ ਵੇਖ ਲਈ ਗਈ ਹੈ ਅਤੇ ਇਹਨਾਂ ਸਾਰੇ ਵਿਕਾਸ ਕੰਮਾਂ ਨੂੰ ਸਮੇਂ ਦੇ ਉੱਤੇ ਮੁਕੰਮਲ ਕੀਤੇ ਜਾਣ ਨੂੰ ਲੈ ਕੇ ਅਲੱਗ ਅਲੱਗ ਵਿਭਾਗਾਂ ਦੇ ਨਾਲ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਅੱਜ ਬੈਠਕ ਕੀਤੀ ਹੈ। ਇਸ ਦੇ ਨਾਲ ਹੀ ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਝਾੜੂ ਲਾਉਣ ਵਾਲੀ ਮਸ਼ੀਨ ਦੇ ਨਾਲ ਨਾਲ SPT ਦੇ ਲਈ ਨਵਾਂ ਜਨਰੇਟਰ ਲਗਾਉਣ ਦੇ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਲਾਕੇ ਦੇ ਟੀ ਪੁਆਇੰਟ ਦੇ ਉੱਤੇ ਸਰਬੱਤ ਦਾ ਭਲਾ ਸੰਸਥਾ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਚੇਲੇ ਭਾਈ ਮਰਦਾਨਾ ਦੀ ਰਵਾਬ ਅਤੇ ਏਕਮਕਾਰ ਦੀ ਸਥਾਪਨਾ ਕੀਤੀ ਜਾਣੀ ਹੈ। ਰੰਧਾਵਾ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਬਾਕੀ ਵਿਕਾਸ ਕੰਮਾਂ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਦਾ ਕਾਲਾਂ ਵਾਲੀ ਚੌਂਕ ਛੋਟਾ ਹੋਣ ਦੇ ਕਾਰਨ ਉਹਨੂੰ ਵੀ ਖੁੱਲ੍ਹਾ ਕਰਨ ਦਾ ਵਿਚਾਰ ਚੱਲ ਰਿਹਾ ਅਤੇ ਪੂਰੇ ਇਲਾਕੇ ਦੇ ਵਿੱਚ ਖੁਸ਼ਬੂਦਾਰ ਰੰਗ ਬਿਰੰਗੇ ਫੁੱਲਾਂ ਦੇ ਵਾਲੇ ਪੌਦੇ ਲਗਾਏ ਜਾ ਰਹੇ ਨੇ। ਇਹਨਾਂ ਫੁੱਲਾਂ ਪੌਦਿਆਂ ਨੂੰ ਜਾਨਵਰਾਂ ਦੇ ਵੱਲੋਂ ਨੁਕਸਾਨ ਨਾ ਪਹੁੰਚਾਇਆ ਜਾਏ, ਇਸ ਦੇ ਲਈ ਇਲਾਕੇ ਦੇ ਨਾਲ ਰਹਿਣ ਵਾਲੇ ਗੁੱਜਰਾਂ ਨੂੰ ਵੀ ਖਾਸ ਨਿਰਦੇਸ਼ ਦਿੱਤੇ ਗਏ ਨੇ। ਨਾਲ ਰੰਧਾਵਾ ਨੇ ਡੇਰਾ ਬਾਬਾ ਨਾਨਕ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਕੱਲੀ ਸਰਕਾਰ ਜਾਂ ਕੋਈ ਵੀ ਵਿਭਾਗ ਡੇਰਾ ਬਾਬਾ ਨਾਨਕ ਦਾ ਕਾਇਆ ਕਲਪ ਕਰਨ ਦੇ ਵਿੱਚ ਅਸਮਰਥ ਹੈ, ਇਸ ਦੇ ਲਈ ਇਲਾਕਾ ਨਿਵਾਸੀ ਖੁਦ ਵੀ ਸਹਿਯੋਗ ਕਰਨ ਅਤੇ ਇਲਾਕੇ ਦੇ ਨੌਜਵਾਨ ਖੁਦ ਅੱਗੇ ਆ ਕੇ ਪੇੜ ਪੌਦੇ ਲਗਾਉਣ। ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਿਰਤੀ ਨੂੰ ਬਚਾਉਣ ਦੇ ਲਈ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ ਦਾ ਉਪਦੇਸ਼ ਦਿੱਤਾ ਗਿਆ ਸੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਕਿ ਉਹ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਅਪਣਾਉਂਦੇ ਹੋਏ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ, ਕਿਉਂਕਿ ਖੇਤਾਂ ਦੇ ਵਿੱਚ ਅੱਗ ਲਗਾਉਣ ਦੇ ਉਹਨਾਂ ਦੀ ਹਵਾ ਪ੍ਰਦੂਸ਼ਿਤ ਹੁੰਦੀ ਹੈ ਅਤੇ ਉੱਥੇ ਹੀ ਧਰਤੀ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਵੱਲੋਂ ਅੱਗ ਲਗਾਏ ਜਾਣ ਦੇ ਕਾਰਨ ਸੜਕਾਂ ਦੇ ਕਿਨਾਰੇ ਆਏ ਅਮੁੱਲ ਦਰਖਤ ਵੀ ਖਾਕ ਹੁੰਦੇ ਦਿਖਾਈ ਦੇ ਰਹੇ ਨੇ। ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਜਿਸ ਵੀ ਖੇਤ ਦੇ ਵਿੱਚ ਅੱਗ ਲਗਾਈ ਜਾ ਰਹੀ ਹੈ ਉਸ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਦੀ ਜ਼ਿੰਮੇਵਾਰੀ ਤਲਬ ਕੀਤੀ ਜਾਵੇ। ਅੱਜ ਦੀ ਮੀਟਿੰਗ ਜਿਹੜੀ ਹੈ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀ ਗਲੀਆਂ ਦਾ ਅਤੇ ਹੋਰ ਕੋਈ ਡਿਵੈਲਪਮੈਂਟ ਦਾ ਕੰਮ ਸ਼ੁਰੂ ਕਰਨਾ ਉਹਦੇ ਬਾਰੇ ਕੀਤੀ ਅਤੇ ਜਿਹੜੀ ਮੇਨ ਡਿਮਾਂਡ ਸੀ ਸ਼ਹਿਰ ਨਿਵਾਸੀਆਂ ਦੀ ਉਹ ਇਹ ਆ ਕਿ ਇੱਥੇ ਜਿਹੜੀ ਪਾਣੀ ਜਿਹੜਾ ਜਦੋਂ ਸਵੇਰੇ ਵੇਲੇ ਚੱਲਦਾ ਜਾਂ ਸ਼ਾਮ ਨੂੰ ਚੱਲਦਾ ਬਹੁਤ ਗੰਦਾ ਅਤੇ ਸੀਵਰੇਜ ਦਾ ਅਤੇ ਦੋਵੇਂ ਮਿਕਸ ਪਾਣੀ ਜਿਹੜਾ ਪੀਣ ਵਾਲਾ ਪਾਣੀ ਜਿਹੜਾ ਉਹਦੇ 'ਚ ਇਹ ਕੀਤਾ ਕਿ ਟੋਟਲ ਡੇਰਾ ਬਾਬਾ ਨਾਨਕ ਦੀਆਂ ਜਿਹੜੀਆਂ ਪਾਈਪਾਂ ਨੇ ਉਹਨਾਂ ਕਿਹਾ ਤਾ ਕਿ ਵਾਟਰ ਸਪਲਾਈ ਵਾਲੀਆਂ ਟੋਟਲ ਚੇਂਜ ਕਰ ਦਿਉ। ਉਹਦੇ ਬਾਅਦ ਅਸੀਂ ਜਿਹੜੀਆਂ ਗਲੀਆਂ ਨਾਲੀਆਂ ਦਾ ਕੰਮ ਸ਼ੁਰੂ ਕਰਾਂਗੇ। ਜਿਹੜੀਆਂ ਸ਼ਹਿਰ ਦੀਆਂ ਤਾਰਾਂ ਜਿਹੜੀਆਂ ਥੱਲੇ ਨੂੰ ਡਿੱਗੀਆਂ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਜਿਹੜੇ ਬਕਸੇ ਨੇ ਉਹ ਚਾਰ ਚਾਰ ਬਕਸੇ ਕਰਕੇ ਉਹਨਾਂ ਨੂੰ ਸੈਪਰੇਟ ਕਰ ਦਈਏ ਤਾਂ ਕਿ ਤਾਰਾਂ ਦਾ ਜਿਹੜਾ ਲੋਡ ਹੈ ਜਾਂ ਉਹਨਾਂ ਦੇ ਨਾਲ ਭਾਰ ਦੇ ਨਾਲ ਜਿਹੜੀ ਥੱਲੇ ਨੂੰ ਆ ਗਈਆਂ ਨੇ ਉਹਨਾਂ ਨੂੰ
ਠੀਕ ਕਰਨਾ, ਨਾਲ ਜਿੰਨੀ ਤਕਰੀਬਨ ਜੋ ਸਫਾਈ ਦਾ ਹੈਗਾ ਉਹਨਾਂ ਦਾ, ਅਸੀਂ ਜਿਹੜਾ ਸਫਾਈ ਦਾ ਸੋਲਿਡ ਵੇਸਟ ਵਾਲਾ ਉਹਦਾ ਵੀ ਆਈਡੈਂਟੀਫਾਈਕੇਸ਼ਨ ਕਰ ਲਈ ਆ, ਉਹ ਇੱਕ ਅੱਧੇ ਦਿਨ 'ਚ ਅਸੀਂ ਕੰਮ ਸਟਾਰਟ ਕਰਕੇ ਉਹਨੂੰ ਵੀ ਜਲਦੀ ਤੋਂ ਜਲਦੀ ਕੀਤਾ, ਕਿਉਂਕਿ ਜਿਹੜੀਆਂ ਕੋਈ ਵੀ ਜਿੱਥੇ ਕਿਤੇ ਬਣਾਉਣ ਲੱਗੀਦਾ ਉੱਥੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਕਿ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਬੇ ਨਾਨਕ ਨੇ ਸਭ ਤੋਂ ਕਿਹਾ ਕਿ ਆਪਾਂ ਆਪਣਾ ਵਾਤਾਵਰਨ ਜਿਹੜਾ ਉਹਨੂੰ ਸਾਫ਼ ਕਰੀਏ, ਅਤੇ ਜੇ ਡੇਰਾ ਬਾਬਾ ਨਾਨਕ 'ਚ ਬੈਠ ਕੇ ਅਸੀਂ ਉਹ ਚੀਜ਼ ਦਾ ਧਿਆਨ ਨਹੀਂ ਰੱਖਾਂਗੇ, ਤਾਂ ਮੇਰੇ ਖਿਆਲ ਗੁਰੂ ਨਾਨਕ ਸਾਹਿਬ ਦੀ ਜਿਹੜੀ ਪ੍ਰੇਰਨਾ ਸੀ ਜੋ ਉਹਨਾਂ ਨੇ ਇੱਥੇ ਭਗਤੀ ਕੀਤੀ ਅਤੇ ਜੋ ਉਪਦੇਸ਼ ਦਿੱਤੇ ਉਹਦੇ 'ਤੇ ਅਸੀਂ ਨਹੀਂ ਪੂਰੇ ਉਤਰ ਰਹੇ। ਮੈਂ ਪਬਲਿਕ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਉਹ ਕੰਮ ਕਰੀਏ ਜਿਹੜੇ ਗੁਰੂ ਸਾਹਿਬ ਨੇ ਕਿਹਾ ਸੀ ਸਾਨੂੰ ਕਿ ਇਹਨਾਂ ਚੀਜ਼ਾਂ ਤੋਂ ਵਾਤਾਵਰਨ ਨੂੰ ਸਾਫ਼ ਰੱਖੋ, ਪਾਣੀ ਸਾਫ਼ ਰੱਖੋ, ਇਹ ਸਾਰੀਆਂ ਚੀਜ਼ਾਂ ਦਾ ਮੈਂ ਮੁੰਡਿਆਂ ਨੂੰ ਵੀ ਕਿਹਾ ਕਿ ਜਿਹੜੇ ਤੁਹਾਡੇ ਕਲੱਬ ਨੇ ਘਰ ਘਰ ਜਾ ਕੇ ਉਹਨਾਂ ਨੂੰ ਸਮਝਾਓ ਕਿ ਜਿਹੜੀ ਕੂੜਾ ਵਾ ਉਹਨੂੰ ਵੱਖਰਾ ਵੱਖਰਾ ਕਰਕੇ ਆਪਣੇ ਜਿਹੜੇ ਬਾਹਰ ਅਸੀਂ ਲਾ ਦੇਣੇ ਨੇ ਡਸਟਬਿਨ, ਉਹਨਾਂ ਦੇ ਵਿੱਚ ਵੱਖਰੇ ਵੱਖਰੇ ਕਰਕੇ ਉਹਨਾਂ ਨੂੰ ਕਰਨ, ਤਾਂ ਕਿ ਸਫਾਈ ਵੇਲੇ ਉਹਨਾਂ ਨੂੰ ਉੱਥੋਂ ਹੀ ਵੱਖ ਵੱਖ ਲੈ ਕੇ ਜਾਣ, ਜਿਹੜਾ ਐਸ ਟੀ ਜਿਹੜਾ ਸੋਲਿਡ ਵੇਸਟ ਲੱਗਣਾ ਉਹਦੀ ਜਿਹੜੀ ਸਾਰੀ ਚੀਜ਼ਾਂ ਨੇ ਉਹ ਅਸੀਂ ਕਰ ਰਹੇ ਹਾਂ। ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਸਾਡਾ ਐਸ ਟੀ ਪੀ ਬਣਿਆ ਉਹਦਾ ਪਾਣੀ ਵੇਲੇ ਉੱਥੇ ਹੈ ਨੀਗਾ, ਬਿਜਲੀ ਦੀ ਜਦੋਂ ਚਲੀ ਜਾਂਦੀ ਹੈ ਬਿਜਲੀ ਚਲੀ ਜਾਂਦੀ ਹੈ ਅਤੇ ਜਨਰੇਟਰ ਨਹੀਂ ਸੀ, ਉਹਦਾ ਜਨਰੇਟਰ ਜਿਹੜਾ ਉਹ ਵੀ ਅਪਰੂਵ ਕੀਤਾ ਕਿ ਉੱਥੇ ਜਨਰੇਟਰ ਲਾਇਆ ਜਾਏ। ਇੱਕ ਇਹਦੀ ਜਿਹੜੀ ਸਵੀਪਿੰਗ ਮਸ਼ੀਨ ਹੁੰਦੀ ਹੈ, ਜਿਹੜੀ ਮਸ਼ੀਨ ਸਫਾਈ ਕਰਨ ਵਾਲੀ, ਜਿਹੜੀ ਸਵੇਰ ਵੇਲੇ ਝਾੜੂ ਬੰਦਿਆਂ ਦੀ ਬਜਾਏ ਇੱਕ ਮਸ਼ੀਨ ਜਿਹੜੀ ਆ ਉਹ ਵੀ ਛੋਟੀ, ਜਿਹੜਾ ਟਰੱਕ ਆ ਉਹ ਸ਼ਹਿਰ ਦੇ ਵਿੱਚ ਉਹਦਾ ਵੀ ਕਹਿ ਕੇ ਉਹਨੂੰ ਕੀਤਾ ਜੀ। ਕੱਲ੍ਹ ਸਾਡੀ ਮੀਟਿੰਗ ਹੈ, ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਕੱਲ੍ਹ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਕਰਾਂਗੇ। ਜਿਹੜਾ ਮਹਾਰਾਜਾ ਰਣਜੀਤ ਸਿੰਘ ਜਿਹੜੇ ਚੌਂਕ ਬਣ ਰਿਹਾ ਉਹਦੀ ਬਿਊਟੀਫਿਕੇਸ਼ਨ ਬਾਰੇ ਉਹ ਵੀ ਕੱਲ੍ਹ ਗੱਲ ਕੀਤੀ ਜਾਏਗੀ। ਸਾਡੇ ਨਾਲ ਹੀ ਟੀ ਪੁਆਇੰਟ ਦੇ ਉੱਤੇ ਸਰਬੱਤ ਦਾ ਭਲਾ ਵਾਲੇ ਸਰਦਾਰ ਓਬਰਾਏ ਸਾਹਿਬ ਉਹ ਜਿਹੜਾ ਰਾਊਂਡ ਬੋਰਡ ਬਣਾ ਰਹੇ ਨੇ, ਉੱਥੇ ਭਾਈ ਮਰਦਾਨੇ ਦੀ ਰਬਾਬ ਹੋਏਗੀ, ਇੱਕ ਓਂਕਾਰ ਲਿਖਿਆ ਜਾਏਗਾ, ਔਰ ਬੜਾ ਮੇਰੇ ਖਿਆਲ ਬਹੁਤ ਵਧੀਆ ਉਹਨਾਂ ਨੇ ਜਿਹੜੀ ਡਿਜ਼ਾਇਨਿੰਗ ਕੀਤੀ ਆ ਉਹ ਵੀ ਕੀਤੀ ਜਾ ਰਹੀ। ਮੈਨੂੰ ਹੁਣ ਇੱਕ ਜ਼ਰੂਰ ਚੀਜ਼ ਹੈ ਕਿ ਜਿਹੜਾ ਕਾਲਾਵਾਲੀ ਵਾਲਾ ਚੌਂਕ ਆ ਉਹ ਕੰਜਸਟਡ ਆ, ਉਹ ਛੋਟਾ ਚੌਂਕ ਆ, ਉਹਦੇ ਬਾਰੇ ਵੀ ਕੱਲ੍ਹ ਮੀਟਿੰਗ ਕਰਕੇ ਉਹਦਾ ਵੀ ਉਹਦਾ ਕੋਈ ਹੱਲ ਕੱਢਾਂਗੇ। ਅੱਜ ਹੀ ਮੈਨੂੰ ਦੱਸਿਆ ਗਿਆ ਕਿ ਕੌਨਵੈਂਟ ਸਕੂਲ ਤੋਂ ਜਿਹੜਾ ਨਾਲਾ ਵਾ ਉਹ ਹੋਰ ਅੱਗੇ ਕੀਤਾ ਜੋ ਐਕਸੀ ਨੂੰ ਕਹਿਤਾ ਕਿ ਇਸ ਨਾਲੇ ਨੂੰ ਉਹਨੇ ਕਿਹਾ ਕਿ ਸਾਡੇ ਕੋਲ ਓਪਨ ਨਾਲਾ ਬਣਿਆ ਪਿਆ, ਉਹਦੀ ਰਿਪੇਅਰ ਕਰਨ ਵਾਲੀ, ਉਹਦੇ 'ਚ ਪਾਣੀ ਜਿਹੜਾ ਅਸੀਂ ਪਾ ਕੇ ਅਪ ਟੂ ਉਹਨੂੰ ਜਿੱਥੋਂ ਤੱਕ ਜਾਣੇ ਉਹਨੂੰ ਅਸੀਂ ਕੰਪਲੀਟ ਕਰ ਦਿਆ। ਹਾਂ, ਉਹ ਫੁੱਲ ਲੱਗ ਰਹੇ ਨੇ ਅਤੇ ਬੂਟੇ ਪਏ ਨੇ। ਕੱਲ੍ਹ ਕੱਲ੍ਹ ਅਸੀਂ ਫਿਰ ਉਹਦੇ 'ਚ ਜਿਹੜੇ ਪਿੰਡਾਂ ਦੇ ਵਿੱਚ ਵੱਖ ਵੱਖ, ਮੈਂ ਉਹਨਾਂ ਨੂੰ ਕਿਹਾ ਕਿ ਮੁੰਡੇ ਜਿਹੜੇ ਤੁਸੀਂ ਨੌਜਵਾਨ ਨੇ ਇਹ ਆਓ, ਤਾਂ ਕਿ ਇਕੱਲਾ ਸਰਕਾਰ ਬੂਟੇ ਨਹੀਂ ਲਾ ਸਕਦੀ, ਜਾਂ ਉਹ ਜਿਹੜੇ ਬਾਬਾ ਜੀ ਆਏ ਨੇ ਭਾਈ ਮਨਜੀਤ ਸਿੰਘ ਹੋਣੀ ਉਹਨਾਂ ਨੇ ਬੂਟੇ ਤਾਂ ਲੈਂਦੇ, ਪਰ ਉਹਦੇ ਨਾਲ ਸੰਗਤ ਦਾ ਵੀ ਕੰਮ ਹੈ ਕਿ ਜਿੱਥੇ ਆਪਾਂ ਆਪਣੇ ਗੁਰੂ ਨਾਨਕ ਸਾਹਿਬ ਲਈ, ਡੇਰਾ ਬਾਬਾ ਨਾਨਕ ਨਿਵਾਸੀਆਂ ਲਈ ਖਾਸ ਕਰਕੇ ਆਹ ਸਾਰੇ ਬੈਠੇ ਨੇ, ਇਹਨਾਂ ਨੂੰ ਮੈਂ ਕਹੂੰਗਾ ਕਿ ਕੱਲ੍ਹ ਹਰ ਬੰਦਾ ਜਿਹੜਾ ਉਹ 10 ਬੂਟੇ ਲਾਉਣ ਲਈ ਉੱਥੇ ਆਵੇ, ਔਰ ਉਹ ਜਿਹੜੇ 10 ਬੂਟੇ ਨੇ ਉਹ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਹੋਣ ਕੇ ਅਸੀਂ ਇਹਨਾਂ 10 ਬੂਟਿਆਂ ਨੂੰ ਗਾਂਹ ਚਲਾਉਣਾ ਵੀ ਆ ਔਰ ਉਹਨਾਂ ਦੀ ਰੱਖਿਆ ਵੀ ਕਰਨਾ। ਗੁਜਰਾਂ ਵਾਸਤੇ ਜਿਹੜੇ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਐਂਟਰੀ ਕਰੇਗਾ ਗੁਜਰ, ਮੈਂ ਕਦੇ ਅਲਾਊਡ ਨਹੀਂ ਕਰਾਂਗਾ। ਨਹੀਂ, ਵੇਖੋ ਜਿਹੜੇ ਮੈਂ ਇਹਦੇ 'ਚ ਬਿਲਕੁਲ ਤੁਹਾਡੀ ਗੱਲ ਠੀਕ ਆ, ਔਰ ਬੜਾ ਇਹਦੇ 'ਤੇ ਬੜਾ ਕੋਈ ਅਹਿਮ ਸਵਾਲ ਜਿਹੜਾ ਕੀਤਾ, ਜੇ ਉਹਨਾਂ ਨੂੰ ਇਹ ਕਿਹਾ ਸੀ, ਮੈਂ ਇਹ ਵੀ ਅਪੀਲ ਕੀਤੀ ਸੀ ਕਿ ਜੇ ਅਸੀਂ ਗੁਰੂ ਨਾਨਕ ਦੇ ਸੱਚੇ ਭਗਤ ਹਾਂ
ਅਤੇ ਸਾਨੂੰ ਆਹ ਜਿਹੜਾ ਸੀਜ਼ਨ ਹੈ ਇਹ ਅੱਗ ਨਹੀਂ ਲਾਉਣੀ ਚਾਹੀਦੀ, ਕਿਉਂਕਿ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮੱਤ ਕਿਹਾ, ਅਤੇ ਅਸੀਂ ਆਪਣਾ ਪੌਣ ਵੀ ਖਰਾਬ ਕਰ ਲਈ, ਪਾਣੀ ਵੀ ਖਰਾਬ ਕਰ ਲਿਆ, ਅਤੇ ਧਰਤੀ ਜਿਹੜੀ ਆ ਉਹ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਕਰਤਾਰਪੁਰ ਸਾਹਿਬ ਕਿ ਹਰੀ ਭਰੀ ਜਿਹੜੀ ਧਰਤੀ ਖੇਤੀ ਕਿਹਾ ਸੀ, ਅਸੀਂ ਜਿਹੜੇ ਦਰਖਤ ਲਾਉਂਦੇ ਹਾਂ ਔਰ ਜਿਹੜੇ ਕਿਸਾਨ ਅੱਗ ਲਾਉਂਦੇ ਉਹਦੇ ਨਾਲ ਜਿਹੜੇ ਏਡੇ ਏਡੇ ਮਹਿੰਗੇ ਬੂਟੇ ਲੱਗ ਰਹੇ ਨੇ ਉਹਨਾਂ ਦਾ ਨੁਕਸਾਨ ਹੋਏਗਾ, ਅਤੇ ਇਹਨਾਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਇਹਨਾਂ ਬੂਟਿਆਂ ਦਾ ਧਿਆਨ ਰੱਖਿਆ ਜਾਏ, ਔਰ ਨਾਲ ਹੀ ਡਿਪਾਰਟਮੈਂਟ ਨੂੰ ਇਹ ਕਰ ਦਿੱਤੀਆਂ ਸਖ਼ਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਨਵੇਂ ਬੂਟੇ ਲੱਗ ਰਹੇ ਨੇ ਔਰ ਬਹੁਤ ਮਹਿੰਗੇ ਬੂਟੇ ਲੱਗ ਰਹੇ ਨੇ ਕਿ ਜਿਸ ਖੇਤ ਦੇ ਵਿੱਚ ਉਹਨਾਂ ਨੂੰ ਅੱਗ ਲੱਗ ਗਈ ਉਹ ਜਿਹੜੀ ਆ ਉਹਨਾਂ ਦੀ ਰਿਸਪੋਂਸੀਬਿਲਟੀ ਫਿਕਸ ਕਰਕੇ ਉਹਨਾਂ ਨੂੰ ਭਾਰੀ ਜੁਰਮਾਨਾ ਵੀ ਲਾਇਆ ਜਾਏ। ਤੁਸੀਂ ਦੇਖ ਹੀ ਰਹੇ ਹੋ, ਡੀ ਸੀ ਸਾਹਿਬ ਨੇ ਕੱਲ੍ਹ ਵੀ ਕੀਤੀ, ਐਸ ਡੀ ਐਮ ਦੀ ਵੀ ਆ, ਤੋ ਹਰ ਰੋਜ਼ ਉਹਦੇ 'ਤੇ ਦੱਸੀ ਜਾਣਾ ਕਿ ਰੂਪ ਰੇਖਾ, ਤੁਸੀਂ ਆਪ ਵੀ ਟੈਂਟ ਸਿਟੀ ਲੱਗ ਰਹੀ, ਪੰਡਾਲ ਲੱਗ ਰਿਹਾ, ਉਹ ਸਾਰੀਆਂ ਚੀਜ਼ਾਂ ਜਿਹੜੀ ਆ ਉਹ ਸਾਰੀਆਂ ਛੱਡ ਕੇ ਕਹਿੰਦਾ ਉਹਦੇ ਵਿੱਚ ਉਹਨਾਂ ਆਖਿਆ ਮੈਂ 21 ਤਰੀਕ ਨੂੰ ਮੀਟਿੰਗ ਕਰਾਂਗੇ। ਅਸੀਂ ਉਹਨਾਂ ਨੂੰ ਆਖਿਆ ਕਿ ਜਿਹੜੇ ਸਿੰਘ ਸਾਹਿਬਾਨ ਨੇ 5 ਸਿੰਘ ਸਾਹਿਬਾਨ ਉਹ ਸਰਕਾਰ ਦੀ ਸਟੇਜ 'ਤੇ ਬੈਠ ਕੇ ਅਤੇ ਉੱਥੇ ਉਹ ਚਲਾਉਣ, ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹ ਗੁਰੂ ਸਾਹਿਬ ਦੀ ਥਾਪਿਆ ਬੈਠਣ, ਅਤੇ ਜਿਹੜੇ ਦਰਬਾਰ ਸਾਹਿਬ ਦੇ ਅਰਦਾਸੀ ਨੇ ਉੱਥੇ ਅਰਦਾਸ ਕਰਨ, ਤਾਂ ਕਿ ਪੰਜਾਬ ਦੀ ਚੜ੍ਹਦੀ ਕਲਾ ਲਈ ਖੁਸ਼ਹਾਲੀ ਲਈ ਉੱਥੇ ਸਾਂਝਾ ਸਮਾਗਮ ਕੀਤਾ ਜਾਏ। ਇਹ ਹੁਣ ਸ਼੍ਰੋਮਣੀ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੰਘ ਸਾਹਿਬਾਨ ਦੇ ਜਿਹੜੇ ਵੇਖੋ ਉਹਦਾ ਕੀ ਉਹਨਾਂ ਦਾ ਪਰਸੋਂ ਆਉਂਦਾ ਉਹਦੇ ਬਾਰੇ ਤਾਂ ਮੈਂ ਪਹਿਲਾਂ ਕੁਛ ਕਹਿ ਨਹੀਂ ਸਕਦਾ। ਹੁਣ ਮਿਲੀਏ, ਬੰਦੇ ਬੁਲਾ ਲਓ। ਡੇਰਾ ਬਾਬਾ ਨਾਨਕ ਤੋਂ ਕੈਮਰਾਮੈਨ ਕਵਲਜੀਤ ਦੇ ਨਾਲ ਸੰਪਾਦਕ ਸਾਹਿਲ ਮਹਿਤਾ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।